ਆਵਾਜ਼ ਆ ਗਈ ਹੁਣ? ਹਾਂ ਬਿਲਕੁਲ ਸਹੀ ਹੈ ਬਾਈ ਜੀ, ਆ ਗਈ ਆਵਾਜ਼। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਵੀਰੇ, ਠੀਕ ਠਾਕ, ਤੁਸੀਂ ਸੁਣਾਓ? ਠੀਕ ਠਾਕ? ਦੱਸਣਾ ਚਾਹੁੰਦਾ ਵੀ ਇਹ ਸਾਡੇ ਵੱਡੇ ਭਰਾ ਨੇ ਅਰੁਣ ਹੈਨਰੀ ਦੀ, ਜਿਹੜੇ ਕਿ ਇੱਕ ਭਾਈਚਾਰੇ ਦਾ ਉਪਦੇਸ਼ ਦਿੰਦੇ ਨੇ ਡਕੋਸਟਾ, ਆਪਣਾ ਭਰਾ ਲੁਧਿਆਣਾ ਸਾਡੇ ਗਰੁੱਪ ਦਾ ਵਾ, ਤੇ ਇਹ ਵੀਰਾ ਹਮੇਸ਼ਾ ਹਰੇਕ ਧਰਮ ਨੂੰ ਪ੍ਰਮੋਟ ਕਰਨ ਹਰੇਕ ਗਤੀਆਂਵਿਧੀਆਂ ਚ ਸਾਥ ਦਿੰਦੇ ਨੇ। ਪਰ ਇੱਕ ਪਰਸੋਂ ਤੁਹਾਨੂੰ ਮੈਂ ਸਾਰਿਆਂ ਨੂੰ ਵੀਡੀਓ ਦਿਖਾਉਣੀ ਚਾਹੁੰਦਾ, ਇਹ ਆਹ ਚੀਜ਼ ਬਾਈ ਜੀ, ਆਹੀ ਵੀਡੀਓ ਸੀ ਉਹ? ਹਾਂਜੀ ਬਿਲਕੁਲ ਆਹੀ ਹੈ ਜੀ। ਦੇਖੋ ਇਹਦੇ ਚ ਦੋ ਗੱਲਾਂ ਨੇ ਬਾਈ ਜੀ। ਦੇਖੋ ਹੁਣ ਜਿਹੜੇ ਬੰਦੇ ਇਹ ਚੀਜ਼ਾਂ ਦੇ ਤਾੜੀਆਂ ਮਾਰ ਰਹੇ ਸੀ ਉਹਨਾਂ ਲਈ ਬੜੀ ਮਾੜੀ ਗੱਲ ਹੈ ਇਹਦੇ ਵਾਸਤੇ, ਸਾਡੇ ਭਰਾ ਹੀ ਨੇ ਕੁਛ, ਹੈਨਾ? ਇਹ ਬੰਦੇ ਆਉਂਦੇ ਨੇ ਸਰਕਾਰਾਂ ਵੱਲੋਂ ਮੈਨੂਪੁਲੇਟ ਕੀਤੇ ਹੋਏ। ਜੇ ਤੁਸੀਂ ਕਹਿ ਰਹੇ ਹੋ ਵੀ ਗੁਰਦੁਆਰੇ ਵਾਸਤੇ ਜਗ੍ਹਾ ਹੈਗੀ ਹੈ, ਮੰਦਿਰ ਵਾਸਤੇ ਜਗ੍ਹਾ ਹੈਗੀ ਹੈ, ਚਰਚ ਵਾਸਤੇ ਕਿਉਂ ਨੀ ਬਾਈ ਜੀ ਜਗ੍ਹਾ? ਤੁਹਾਨੂੰ ਮੈਂ ਇੱਕ ਇੰਸੀਡੈਂਟ ਦੱਸਿਆ ਸੀ ਬਾਈ, ਮੈਂ ਆਪਣੇ ਘਰ ਦੀ ਗੱਲ ਦੱਸਦਾ। ਮੇਰੇ ਕਿਸੇ ਖਾਸ ਬਿਲਕੁਲ ਨੇੜੇ ਦੇ ਰਿਸ਼ਤੇਦਾਰ, ਯਾਰ ਮੈਂ ਸੱਚ ਕਹਿੰਦਾ, ਮੈਨੂੰ ਕੀ ਕਿਹਾ ਗਿਆ ਸੀ ਵੀ ਜਿਹੜੇ ਚਰਚ ਵਾਲੇ ਹੁੰਦੇ ਨੇ ਨਾ, ਮੈਂ ਬੋਲਣ ਤੋਂ ਝਿਜਕਾਉਂਦਾ ਨੀ ਹੈਗਾ। ਮੈਂ ਤੁਹਾਨੂੰ ਉਹਦੇ ਚ ਵੀ ਦੱਸਿਆ, ਮੈਂ ਸੀਗਾ ਸੰਦੀਪ ਵੀਰਾ ਸੀ, ਡਕੋਸਟਾ ਸੀਗਾ, ਡਕੋਸਟਾ ਕ੍ਰਿਸਚਨ ਧਰਮ ਨੂੰ ਬਿਲੋਂਗ ਕਰਦਾ, ਤੁਹਾਨੂੰ ਪਤਾ ਹੀ ਹੈ, ਹਨਾ? ਤੇ ਮੇਰੇ ਮਨ ਚ ਕਿਸੇ ਨੇ ਬੜੀ ਦੇਰ ਤੋਂ ਇਹ ਗੱਲ ਪਾਈ ਹੋਈ ਸੀਗੀ ਵੀ ਜਿਹੜੇ ਕ੍ਰਿਸਚਨ ਹੁੰਦੇ ਨੇ ਨਾ, ਇਹ ਗੁਰੂ ਘਰ ਦਾ ਦੇਗ ਨੀ ਖਾਂਦੇ। ਮੈਂ ਐਵੇਂ ਹੀ ਸੋਚਦਾ ਸੀਗਾ, ਤੇ ਅਸੀਂ ਕਿਤੇ ਨਾ ਇਕੱਠੇ ਜਾ ਰਹੇ ਸੀ ਗੁਰਦੁਆਰੇ ਮੱਥਾ ਟੇਕਣ। ਮੇਰੇ ਮਨ ਦੇ ਵਿੱਚ ਇਹੀ ਸੀ ਵੀ ਮੈਂ ਅੱਜ ਦੇਖਣਾ ਹੀ ਦੇਖਣਾ ਹੈ ਵੀ, ਹਨਾ, ਇਹ ਬੰਦਾ ਕ੍ਰਿਸਚਨ ਆ ਵੀ ਇਹ ਦੇਖ ਲਊਗਾ। ਬਾਈ ਜੀ ਉਹ ਬੰਦਾ ਮੇਰੇ ਨਾਲੋਂ ਅੱਗੇ ਹੋ ਕੇ ਮੱਥਾ ਟੇਕ ਰਿਹਾ ਸੀਗਾ ਉੱਥੇ, ਫਿਰ ਮੈਂ ਉਹਦੇ ਨਾਲ ਫੋਟੋ ਵੀ ਕੀਤੀ ਆ, ਮਤਲਬ ਦੇਗ ਵੀ ਉਹਨੇ ਸਾਡੇ ਨਾਲ ਖਾਧੀ ਆ ਭਰਾ ਆਪਣਾ ਡਕੋਸਟਾ। ਇਹ ਗੱਲਾਂ ਲੋਕਾਂ ਦੀਆਂ ਫਲਾਈਆਂ ਹੋਈਆਂ ਨੇ, ਕਿਉਂਕਿ ਆਪਾਂ ਦੇਖੋ ਸਕੂਲ ਆਪਣੇ ਸਾਂਝੇ, ਜੇ ਆਪਾਂ ਜਿਹੜੇ ਮਰਜ਼ੀ ਸਕੂਲ ਚ ਪੜ੍ਹ ਲਈਏ, ਹਰੇਕ ਧਰਮ ਦੇ ਬੱਚੇ ਆਪਾਂ ਸ਼ੁਰੂ ਤੋਂ ਲੈ ਕੇ ਪਲੱਸ ਟੂ ਤੱਕ ਇਕੱਠੇ ਪੜ੍ਹਦੇ ਆ, ਠੀਕ ਹੈ ਨਾ? ਉਹ ਸਾਡੇ ਘਰਾਂ ਦੇ ਵਿੱਚ ਆਉਂਦੇ, ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ, ਉਹ ਸਾਡੇ ਤਿਉਹਾਰਾਂ ਦੇ ਵਿੱਚ ਆਉਂਦੇ, ਅਸੀਂ ਉਹਨਾਂ ਦੇ ਤਿਉਹਾਰਾਂ ਚ ਜਾਂਦੇ ਹਾਂ, ਠੀਕ ਹੈ ਨਾ? ਜਦੋਂ ਸਾਡੇ ਗੁਰੂ ਘਰ ਚ ਆ ਸਕਦੇ ਆ, ਸਾਨੂੰ ਬੱਚਿਆਂ ਦੇ ਗੁਰੂ ਘਰ ਚ ਜਾਣ ਚ ਕੀ ਦਿੱਕਤ ਪਰੇਸ਼ਾਨੀ ਆ? ਨਾਲੇ ਕਿਸੇ ਦੇ ਮਸਲਾ ਇਹੀ ਆ, ਤੁਸੀਂ ਅੱਜ ਮੈਂ ਤੁਹਾਨੂੰ ਚਰਚ ਬੁਲਾ ਲਵਾਂ, ਤੁਸੀਂ 2 ਘੰਟੇ ਉੱਥੇ ਬਹਿ ਜਾਓਗੇ ਮੇਰੇ ਨਾਲ, ਕੀ ਤੁਹਾਡਾ ਕੀ ਧਰਮ ਤਬਲੀਗ ਹੋ ਜਾਊਗਾ, ਬਦਲ ਜਾਊਗਾ? ਨਹੀਂ ਹੋਣਾ। ਜਿੱਥੇ ਬਿਲੋਂਗ ਕਰਦੇ ਹੋ, ਜਿੱਥੇ ਤੁਹਾਡਾ ਵਿਸ਼ਵਾਸ ਆ, ਜਿੱਥੇ ਤੁਹਾਡਾ ਫੇਥ ਆ, ਉਹਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਹਿਲਾ ਸਕਦੀ। ਬਸ ਆਹੀ ਕੁਝ ਚੁਣਿੰਦੇ ਲੋਕ ਨੇ ਜਿਹੜੇ ਸਮਾਜ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਕਿ ਇੱਥੇ ਸਾਰਿਆਂ ਲਈ ਹੈਗੀ, ਬਸ ਕ੍ਰਿਸਚੈਨਿਟੀ ਲਈ ਨੀ ਜਗ੍ਹਾ ਹੈਗੀ। ਆਪਣੀਆਂ ਨਾ ਵੋਟਾਂ ਆ ਗਈਆਂ, ਹਨਾ? ਰਾਜਾ ਵੜਿੰਗ ਤਾਂ ਮੇਰੇ ਹਿਸਾਬ ਨਾਲ ਮਾਫ਼ੀ ਮੰਗਿਆ। ਰਾਜਾ ਵੜਿੰਗ ਨੇ ਹਾਂਜੀ ਮਾਫ਼ੀ, ਏਦਾਂ ਇਹ ਵੀ ਨੀ ਕਿਹਾ ਕਿ ਮਾਫ਼, ਉਹਨਾਂ ਨੇ ਇਹ ਕਹਿਤਾ ਕਿ ਵਿਅਕਤੀ ਵਿਸ਼ੇਸ਼ ਜਿਹਨੇ ਕਿਹਾ ਉਹੀ ਭੁਗਤੂਗਾ। ਰਵਨੀਤ ਬਿੱਟੂ ਜੀ 10 ਸਾਲ MP ਰਹੇ, ਠੀਕ ਆ? ਮਸੀਹ ਭਾਈਚਾਰੇ ਨੇ ਸਾਡਾ ਨਾ, ਮਸੀਹ ਭਾਈਚਾਰਾ ਸਰ ਟੋਟਲੀ ਕਾਂਗਰਸ ਦੇ ਨਾਲ ਆ, ਆਪਾਂ ਕਹਿ ਲਈਏ ਕਿ 80-90%, ਤੇ ਉਹਨਾਂ ਨੂੰ ਖੁਦ ਨੂੰ ਪਤਾ ਵਾ ਕਿ ਮਸੀਹ ਭਾਈਚਾਰਾ ਸਾਡੇ ਨਾਲ ਹੁੰਦਾ। ਈਵਨ ਦੈਨ ਕਿ ਤੁਸੀਂ ਯਕੀਨ ਕਰੋ, ਮਨੀਪੁਰ ਯਾਦ ਰੱਖਣਾ ਕਿ ਆਪਣਾ ਮਨੀਪੁਰ ਚ ਕੀ ਕੀਤਾ ਸੀਗਾ, ਤੇ ਅੱਜ BJP ਚ ਜਾ ਕੇ ਤੁਸੀਂ ਇੱਕਦਮ ਹੀ ਉਲਟ ਹੋ ਗਏ ਹੋ, ਠੀਕ ਹੈ ਨਾ? ਕੀ ਗਲਤ ਗੱਲ ਆ ਕਿ ਆਪਾਂ ਭਾਈਚਾਰੇ ਨੂੰ ਆਪਾਂ ਕਾਇਮ ਰੱਖੀਏ? ਹੁਣ ਸਾਡੇ ਭਾਈਚਾਰੇ ਦੇ ਲੋਕ ਵੀ ਜਿਹੜੇ ਹੈਗੇ ਉਹ BJP ਦੇ ਨਾਲ ਚੱਲਦੇ ਨੇ, ਠੀਕ ਹੈ ਨਾ? ਉਹਨਾਂ ਨੂੰ ਤਾਂ ਆਪਾਂ ਮੱਦੇਨਜ਼ਰ ਰੱਖੀਏ ਨਾ ਕਿ ਯਾਰ ਸਾਡੇ ਹਰੇਕ ਭਾਈਚਾਰਾ ਨਾਲ ਆ। ਈਵਨ ਦੈਨ ਤੁਸੀਂ ਸੱਚਾਈ ਨਾਲ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਸਾਡੇ ਲੋਕ ਨਾ ਬਿੱਟੂ ਨੂੰ ਪਸੰਦ ਕਰਦੇ ਸੀਗੇ,
ਠੀਕ ਹੈ ਨਾ, ਉਹ ਕਹਿੰਦੇ ਯਾਰ ਆਪਾਂ ਚਾਹੇ ਜਿਹੜੀ ਮਰਜ਼ੀ ਪਾਰਟੀ ਚੱਲ ਜਾਵੇ ਕਿ ਨਾ ਅਸੀਂ ਇਹਨੂੰ ਵੋਟ ਪਾਉਣੀ ਆ ਜੀ ਐਜ਼ ਏ ਪਰਸਨਲ ਬੰਦੇ ਕਰਕੇ। ਪਰ ਤਾਂ ਵੀ ਤੁਸੀਂ ਦੇਖੋ ਕਿ ਬੰਦੇ ਨੇ ਇੱਕ ਵਾਰੀ ਮਾਫ਼ੀ ਨਹੀਂ ਮੰਗੀ ਕਿ ਯਾਰ ਮੇਰਾ ਇਹੀ ਕਹਿ ਦੇਵੇ ਕਿ ਯਾਰ ਮੇਰੇ ਤੋਂ ਗਲਤੀ ਹੋ ਗਈ, ਮੇਰਾ ਕੋਈ ਲੈਣਾ ਦੇਣਾ ਨਹੀਂ, ਮੈਂ ਸੁਣਿਆ ਹੀ ਨਹੀਂ ਕਿ ਮੈਂ ਸੁਣਿਆ ਨਹੀਂ ਕੀ ਕਹਿਤਾ ਉੱਥੇ ਇੱਕਦਮ। ਠੀਕ ਹੈ ਨਾ, ਬੰਦਾ ਕੁਛ ਨਾ ਕੁਛ ਤਾਂ ਜਸਟੀਫਿਕੇਸ਼ਨ ਦੇਵੇ। ਹੁਣ ਆਪਣਾ ਰਾਜਾ ਵੜਿੰਗ ਜੀ ਨੇ ਵੀ ਤਾਂ ਦਿੱਤੀ ਆ ਜਸਟੀਫਿਕੇਸ਼ਨ, ਠੀਕ ਹੈ ਨਾ, ਏਦਾਂ ਕੁਛ ਪਬਲਿਕ ਨੂੰ ਪਤਾ ਤਾਂ ਲੱਗੇ ਨਾ ਕਿ ਆਪਾਂ ਹਰੇਕ ਭਾਈਚਾਰੇ ਦੇ ਨਾਲ ਆ। ਹੁਣ ਏਦਾਂ ਦਾ ਸਾਨੂੰ ਇਹ ਸਾਡੇ ਮਨਾਂ ਦੇ ਵਿੱਚ ਇਹ ਪਾ ਰਹੇ ਹੋ ਕਿ ਹਾਂ ਵੀ ਬੀਜੇਪੀ ਪਾਰਟੀ ਸਗੋਂ ਗਲਤ ਆ, ਸਾਡੇ ਮਨਾਂ ਦੇ ਵਿੱਚ ਆਹੀ ਹੈ ਨਾ। ਹੁਣ ਪ੍ਰਧਾਨ ਮੰਤਰੀ ਜੀ ਇਹਨੇ ਖੁਦ ਵਰਡਸ ਨੇ ਇਹ ਕ੍ਰਿਸਮਸ ਦੇ ਉੱਤੇ, ਲਾਸਟ ਕ੍ਰਿਸਮਸ ਤੇ ਜਿਹੜਾ ਲੰਘ ਕੇ ਗਿਆ ਕਿ ਮਸੀਹ ਭਾਈਚਾਰੇ ਦੀ ਸਾਡੀ ਸਾਡੇ ਦੇਸ਼ ਨੂੰ ਬਹੁਤ ਵੱਡੀ ਦੇਣ ਆ, ਚਾਹੇ ਉਹ ਮੈਡੀਕਲ ਫੀਲਡ ਚ ਹੋਵੇ, ਚਾਹੇ ਉਹ ਦੇਸ਼ ਦੀ ਆਜ਼ਾਦੀ ਦੇ ਵਿੱਚ ਹੋਵੇ, ਤੇ ਚਾਹੇ ਉਹ ਸਿੱਖਿਆ ਦੇ ਵਿੱਚ ਹੋਵੇ। ਠੀਕ ਹੈ ਨਾ, ਕਿ ਅਸੀਂ ਯਾਰ ਜਾਂ ਅਸੀਂ ਇਸ ਆਪਣੇ ਜਿੰਨਾ ਕੁ ਹਿੰਦੂ ਭਾਈਚਾਰਾ ਪਿਆਰ ਕਰਦਾ ਆਪਣੇ ਦੇਸ਼ ਨੂੰ, ਜਿੰਨਾ ਕੁ ਮਸੀਹ ਸਿੱਖ ਭਾਈਚਾਰਾ, ਜਿੰਨਾ ਕੁ ਮੁਸਲਿਮ ਭਾਈਚਾਰਾ, ਉਨਾ ਹੀ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ। ਦੇਖੋ ਇਹ ਤਾਂ ਕੋਈ ਕਿਸੇ ਲਈ ਜੱਜ ਹੀ ਨਹੀਂ ਕਰ ਸਕਦਾ ਹੈਨਰੀ ਸਾਹਿਬ, ਵੀ ਕੌਣ ਕਿੰਨੀ ਕਿਸੇ ਚ ਇਨਸਾਨੀਅਤ ਤੇ ਦੇਸ਼ ਲਈ ਕਿਸੇ ਲਈ ਕਿੰਨਾ ਕੁ ਪਿਆਰ ਆ, ਹਨਾ। ਇਹ ਤਾਂ ਕੋਈ ਜੱਜ ਨਹੀਂ ਕਰ ਸਕਦਾ, ਨਾ ਤਾਂ ਕੋਈ ਇਹ ਮੀਟਰ ਬਣਿਆ ਬਾਈ ਜੀ, ਤੇ ਨਾ ਹੀ ਮੈਂ ਕਹਿੰਦਾ ਕਦੀ ਬਣ ਸਕਦਾ ਵੀ ਹੈਨਰੀ ਚ ਇਨਸਾਨੀਅਤ ਵੱਧ ਹੈ ਜਾਂ ਸੇਠੀ ਚ ਵੱਧ ਹੈ, ਹਨਾ। ਇਹ ਤਾਂ ਬਿਨਾਂ ਗੱਲ ਦੀਆਂ ਬੜਕਾਂ ਮਾਰਨ ਵਾਲੀਆਂ ਗੱਲਾਂ ਹੋਈਆਂ ਨੇ, ਤੇ ਜਦੋਂ ਆਪਾਂ ਛੋਟੇ ਹੁੰਦੇ ਸਕੂਲ ਚ ਪੜ੍ਹਦੇ ਰਹੇ ਹਾਂ, ਇੱਕੋ ਬੈਂਚ ਦੇ ਨਾਲ ਆਪਾਂ ਅਲੱਗ ਅਲੱਗ ਕਾਸਟ ਦੇ ਅਲੱਗ ਅਲੱਗ ਕਮਿਊਨਿਟੀ ਦੇ ਬੰਦੇ ਬੈਠਦੇ ਰਹੇ ਹਾਂ, ਫਿਰ ਤਾਂ ਇਹਨਾਂ ਦੇ ਹਿਸਾਬ ਨਾਲ ਜੇ ਗੁਰੂ ਨਾਨਕ ਪਬਲਿਕ ਸਕੂਲ ਹੈ ਤਾਂ ਉਹਦੇ ਚ ਇਕੱਲੇ ਸਿੱਖ ਹੀ ਜਾ ਸਕਦੇ ਨੇ, ਫਿਰ ਤਾਂ ਹਿੰਦੂ ਭਰਾ ਜਾ ਹੀ ਨਹੀਂ ਸਕਦੇ। ਜੇ ਕਿਤੇ ਹਿੰਦੂ ਵਿਦਿਆ ਮੰਦਿਰ ਹੈ ਤਾਂ ਫਿਰ ਉੱਥੇ ਇਕੱਲੇ ਹਿੰਦੂ ਭਰਾ ਹੀ ਜਾਣਗੇ, ਜੇ ਕ੍ਰਿਸਚਨਾਂ ਦਾ ਸਕੂਲ ਹੈ ਮੰਨ ਲਓ CMC ਚ, ਤਾਂ ਫਿਰ ਅਸੀਂ ਇਲਾਜ ਹੀ ਨਹੀਂ ਕਰਾ ਸਕਦੇ, ਜੇ ਤਾਂ ਇਹ ਕਹਿੰਦੇ ਨੇ ਫਿਰ ਇੱਦਾਂ। ਬਿਲਕੁਲ, ਹੁਣ ਤੁਸੀਂ ਦੇਖੋ ਹੁਣ ਕਿੰਨਾ ਲੋਕ ਨਾ ਮਤਲਬ ਕਰਦੇ ਆ ਕਿ ਹਾਂ ਵੀ ਇਹ CMC ਦੇ ਨਾਮ ਦੇ ਉੱਤੇ, ਕਾਨਵੈਂਟ ਸਕੂਲਾਂ ਦੇ ਨਾਮ ਦੇ ਉੱਤੇ ਕਿ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਧਰਮ ਚ ਲੈ ਕੇ ਆਉਂਦੇ। ਭਾਜੀ, ਨਾ ਤਾਂ ਈਵਨ ਸਾਨੂੰ ਵੀ, ਨਾ ਤਾਂ ਸਾਨੂੰ ਕਾਨਵੈਂਟ ਸਕੂਲ ਫ੍ਰੀ ਪੜ੍ਹਾਈ ਆ, ਨਾ ਹੀ ਸਾਨੂੰ CMC ਹਸਪੀਟਲ ਦੇ ਵਿੱਚ ਫ੍ਰੀ ਇਲਾਜ। ਦੱਸੋ ਤੁਹਾਨੂੰ ਕਿੰਨੀਆਂ ਕੁ ਹੈਗੀਆਂ ਨੇ, ਉਹ ਪਤਾ ਹੀ, ਮੈਂ ਖੁਦ ਕਹਿ ਰਿਹਾ ਤੁਹਾਨੂੰ, ਤੁਹਾਡੇ ਬੱਚੇ ਫ੍ਰੀ ਤਾਂ ਨਹੀਂ ਪੜ੍ਹਦੇ ਹੈਨਰੀ ਸਾਹਿਬ, ਫ੍ਰੀ ਆਂਦਾ। ਇਹ ਬਸ ਲੋਕਾਂ ਨੂੰ ਗੁੰਮਰਾਹ ਕਰਨ ਦੀ ਉਹ ਕਰ ਰਿਹਾ ਵੀ, ਮੇਰੇ ਵੀ 2-3 ਸਾਲ ਦਾ ਵਹਿਮ ਸੀਗਾ ਆ ਚੀਜ਼ ਦਾ, ਮੈਂ ਸ਼ਰਿਆਮ ਕੈਮਰੇ ਤੇ ਮੰਨ ਰਿਹਾ ਵੀ ਵਿਦ ਕੋਸਟਾ ਬੈਠਾ ਦੇਖਦਾ ਹੋਣਾ ਵੀ, ਮੈਂ ਇਹੀ ਦੇਖਦਾ ਸੀ ਯਾਰ ਇਹ ਬੰਦਾ ਅੱਜ ਦੇਖ ਖਾਊਗਾ ਕਿ ਨਹੀਂ ਖਾਊਗਾ। ਹਾਲੇ ਕੀ ਇਹ ਮੇਰੇ ਤੋਂ ਅੱਗੇ ਅੱਗੇ ਸੀਗਾ, ਅਸੀਂ ਕਿਤੇ ਗਏ ਸੀ ਇਕੱਠੇ ਭਰਾ ਜਾਂਦੇ ਰਹਿੰਦੇ ਹਾਂ, ਅਸੀਂ ਕਿਹੜਾ ਕਿਤੇ ਪੱਪਾਂ ਕਲੱਬਾਂ ਵਾਲੇ ਹਾਂ, ਅਸੀਂ ਗੁਰੂ ਘਰ ਜਾਂਦੇ ਰਹਿੰਦੇ ਹਾਂ, ਇਕੱਠੇ ਜਾਂਦੇ ਰਹਿੰਦੇ ਹਾਂ, ਦਰਬਾਰ ਸਾਹਿਬ ਗਏ ਹਾਂ, ਕਈ ਜਗ੍ਹਾ ਗਏ ਹਾਂ, ਮਾਤਾ ਚਿੰਤਪੁਰਨੀ ਦੇ ਗਏ ਹਾਂ, ਹਨਾ, ਵੀ ਮਤਲਬ ਜਾਂਦੇ ਰਹਿੰਦੇ ਹਾਂ। ਬਟ ਏਦਾਂ ਦੀਆਂ ਗੱਲਾਂ ਏਡੇ ਵੱਡੇ ਸਟੇਜ ਤੋਂ ਕਰਨੀਆਂ, ਔਰ ਇੱਕ ਸੂਝਵਾਰ ਬੰਦੇ ਉਹ ਚੀਜ਼ਾਂ ਤੇ ਮੇਰੇ ਮੂੰਹ ਚੋਂ ਕੁਛ ਵੀ ਗਲਤ ਨਹੀਂ ਨਿਕਲਿਆ, ਹਨਾ, ਕਿ ਮਤਲਬ ਮੇਰੇ ਜਿਹੜੇ ਬਿਆਨ ਹੈ ਨਾ ਉਹ ਤੋੜ ਮਰੋੜ ਕੇ ਪੇਸ਼ ਕੀਤੇ ਆ। ਯਾਰ ਲਾਈਵ ਦੇ ਵਿੱਚੋਂ ਕੋਈ ਤੋੜ ਮਰੋੜ ਕੇ ਕਿੱਦਾਂ ਵੀਡੀਓ ਚੱਲ ਰਹੀ ਆ, ਉਹਨੂੰ ਕੋਈ ਵੀ ਐਡਿਟ ਨਹੀਂ ਕਰ ਸਕਦਾ, ਹਨਾ। ਜਦੋਂ ਤੁਸੀਂ ਕਹਿ ਰਹੇ ਹੋ ਵੀ ਗੁਰਦੁਆਰਾ, ਹਾਲੇ ਕਿ ਐਜ਼ ਆ ਸਿੱਖ ਮੈਂ ਕਹਾਂ ਨਹੀਂ ਯਾਰ, ਇਹਨਾਂ ਤਾਂ ਸਾਡੀ ਫੇਵਰ ਵਾਲੀ ਗੱਲ ਕੀਤੀ ਆ, ਹਨਾ, ਪਰ ਉਹ ਬਾਈ ਜੀ ਉਹ ਭਾਈਚਾਰੇ ਵਾਲੀ ਗੱਲ ਨਹੀਂ ਹੈਗੀ। ਜਿੱਥੇ ਬੜੇ ਅਲੱਗ ਤਰ੍ਹਾਂ ਦੇ ਸਾਰੇ ਕਮਿਊਨਿਟੀਆਂ ਰਹਿੰਦੀਆਂ ਨੇ, ਫਿਰ ਵੀ ਇੱਥੇ ਬਹੁਤ ਅੱਜ ਤੱਕ ਸ਼ਾਂਤੀ ਹੈ, 84 ਸਭ ਕੁਛ ਹੋਇਆ, ਮਤਲਬ ਅੱਜ ਤੱਕ ਫਿਰ ਵੀ ਅਸੀਂ ਇਕੱਠੇ ਰਹਿੰਦੇ ਆਏ ਹਾਂ। ਚਲੋ ਹੋਈਆਂ ਇੱਕੋ ਦੁੱਕਾ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਨੇ, ਬਟ ਕਹਿਣ ਦਾ ਭਾਵ ਇਹ ਹੈ ਵੀ ਆਪਾਂ ਉਹ ਚੀਜ਼ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਹੈਗੇ। ਬਿਲਕੁਲ, ਇਹ ਆਪਾਂ ਜਿੰਨੇ ਕੁ ਭਰਾ ਆਪਾਂ ਇਕੱਠੇ ਹੋਏ ਹੋਏ ਹਾਂ, ਆਪਾਂ ਇਹ ਚੀਜ਼ ਨੂੰ ਅੱਗੇ ਕਰਨ ਵੀ ਨਹੀਂ ਦੇਵਾਂਗੇ ਕਦੀ ਵੀ ਕਿਸੇ ਵੀ ਹਾਲਤ ਤੇ। ਏਦਾਂ ਦੇ ਭਾਜੀ ਜਿੱਦਾਂ ਹੁਣ ਆਪਾਂ ਸਾਰੇ ਲੋਕ ਹੈਗੇ ਨਾ ਭਰਾ ਇਕੱਠੇ ਹੋਈਏ, ਸਗੋਂ ਜਦੋਂ ਆਪਾਂ ਇਹ ਐਂਟੀ ਜਿਹੜੇ ਆਪਣੇ ਭਾਈਚਾਰੇ ਦੇ ਬੋਲੇ ਨਾ ਕਿ ਜਿਹੜਾ ਪਾੜ ਪਾਵੇ, ਸਗੋਂ ਆਪਾਂ ਰਲ ਕੇ ਉਹਨਾਂ ਦਾ ਵਿਰੋਧ ਕਰੀਏ ਸਾਰੇ ਭਾਈਚਾਰੇ। ਉੱਥੇ ਇੱਕ ਆਪਣੇ ਭਰਾ ਸੀਗੇ, ਉਹ ਇਹ ਗੱਲ ਕਹਿਣ ਵੀ ਨਹੀਂ ਜੀ, ਤੁਸੀਂ ਇਹੋ ਜਿਹੀ ਗੱਲ ਨਾ ਕਰੋ, ਆਪਾਂ ਸਾਰਿਆਂ ਨੂੰ ਥਾਂ ਚਾਹੀਦੀ ਹੈ ਪੰਜਾਬ ਦੇ ਵਿੱਚ। ਬਿਲਕੁਲ, ਬੜੀ ਤਕੜੀ ਐਗਜ਼ਾਮਪਲ ਸੈੱਟ ਹੋਣੀ ਸੀ ਬਾਈ ਜੀ।
ਉਹੀ ਤਾਂ ਗੱਲ ਹੈ ਨਾ ਬ੍ਰਦਰ। ਹੁਣ ਅੱਜ ਉਹ ਕਹਿੰਦਾ ਕਿ ਮੇਰਾ ਤੋੜ ਮਰੋੜ ਕੇ ਬਿਆਨ ਪੇਸ਼ ਕੀਤਾ, ਯਾਰ ਕਾਹਦਾ ਤੋੜ ਮਰੋੜ ਕੇ ਉੱਥੇ ਕਰਨਾ ਪੇਸ਼ ਕਿਸੇ ਨੂੰ, ਹੁਣ ਆਪਣੇ ਕੋਈ ਜ਼ਮੀਨ ਦਾ ਰੌਲਾ ਥੋੜੀ ਉਹਦੇ ਨਾਲ ਕਨਈਆ ਮੇਰੇ। ਪਿਛਲੇ ਸਾਲ ਵੀ ਇਹਨੇ ਏਦਾਂ ਕੀਤਾ ਸੀਗਾ ਬਿਆਨ ਦੇ ਕੇ ਤੇ ਘਰੇ ਜਾ ਕੇ ਮਾਫ਼ੀ ਮੰਗ ਲਈ, ਅੱਜ ਫਿਰ ਏਦਾਂ ਕੀਤਾ ਕਿ ਘਰੇ ਜਾ ਕੇ ਮਾਫ਼ੀ ਮੰਗ ਲਈ ਕਿ ਭਾਈਚਾਰੇ ਵੱਲੋਂ ਜਾਂ ਮੇਰੇ ਕਿਸੇ ਬਿਆਨ ਦੇ ਨਾਲ। ਅੱਛਾ ਹੁਣ ਤੁਸੀਂ ਇੱਕ ਗੱਲ ਦੇਖੋ, ਸਭ ਤੋਂ ਵੱਡੀ ਗੱਲ ਕਿ ਰਾਜਾ ਵੜਿੰਗ ਜੀ ਬੇਵਕੂਫ ਇਨਸਾਨ ਆ ਜਿਨ੍ਹਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ। ਜੇ ਉਹ ਉੱਥੇ ਸਟੇਜ ਤੇ ਸੀਗੇ, ਰਵਨੀਤ ਬਿੱਟੂ ਜੀ ਦੇ ਪਿੱਛੇ ਰਾਜਾ ਵੜਿੰਗ ਜੀ ਖੜੇ ਸੀਗੇ, ਠੀਕ ਹੈ ਨਾ, ਈਵਨ ਉਹਨਾਂ ਦੇ ਨਾਲ ਮੇਰੇ ਦੋ ਮਿੱਤਰ ਸੀਗੇ ਯੂਥ ਕਾਂਗਰਸ ਦੇ, ਮੈਂ ਉਹਨਾਂ ਨੂੰ ਵੀ ਆਪਣਾ ਗੁੱਸਾ ਵਿਅਕਤ ਕੀਤਾ ਕਿ ਯਾਰ ਕਿ ਤੁਸੀਂ ਆਪਾਂ ਤੁਹਾਨੂੰ ਤੁਸੀਂ ਸਾਡੇ ਚਰਚ ਜਾਂਦੇ ਰਹੇ ਹੋ, ਤੁਸੀਂ ਕੁਛ ਵੀ ਲਈਓ, ਮੈਂ ਨਾਮ ਵੀ ਲੈ ਦੂੰਗਾ ਕਿ ਯੋਗੇਸ਼ ਹਾਂਡਾ ਮੇਰਾ ਭਰਾ ਵਾ, ਹੈਪੀ ਲਾਲੀ ਮੇਰਾ ਭਰਾ ਵਾ, ਇਹ ਸਾਡੇ ਚਰਚਾਂ ਦੇ ਵਿੱਚ ਕ੍ਰਿਸਮਿਸ ਤੇ ਈਸਟਰ ਤੇ ਆਉਂਦੇ ਆ, ਪੂਰਾ ਮਾਣ ਸਨਮਾਨ ਹੁੰਦਾ। ਈਵਨ ਤੁਸੀਂ ਦੇਖਿਓ ਕਿ ਤੁਸੀਂ ਵੀ ਕਦੇ ਆ ਜਾਓ, ਜਦੋਂ ਮਰਜ਼ੀ ਆ ਜਾਓ ਸੰਡੇ ਨੂੰ ਚਰਚ ਚ, ਤੁਸੀਂ ਆਪ ਫੀਲ ਕਰੋਗੇ ਪ੍ਰਧਾਨ ਮੰਤਰੀ ਸਾਹਿਬ ਲਈ, ਰਾਸ਼ਟਰਪਤੀ ਸਾਹਿਬ ਲਈ, ਦੇਸ਼ ਦੇ ਸੂਬਿਆਂ ਦੇ ਜਿੰਨੇ ਸੀਐਮ ਆ ਉਹਨਾਂ ਵਾਸਤੇ, ਸਾਡੇ ਜਿਹੜੇ ਐਡਮਿਨਿਸਟ੍ਰੇਟਰ ਨੇ ਉਹਨਾਂ ਵਾਸਤੇ, ਕੱਲੇ ਕੱਲੇ ਬੰਦੇ ਵਾਸਤੇ ਪ੍ਰੇਅਰ ਹੁੰਦੀ। ਹੁਣ ਅਸੀਂ ਕਹੀਏ ਸਾਡਾ ਤਾਂ ਕੋਈ ਕ੍ਰਿਸਚਨ ਹੈ ਨੀ ਉੱਥੇ, ਤਾਂ ਵੀ ਅਸੀਂ ਆਪਣੇ ਦੇਸ਼ ਲਈ, ਕਿਉਂਕਿ ਸਾਡਾ ਫਰਜ਼ ਆ, ਅਸੀਂ ਇੱਥੋਂ ਰੋਟੀ ਖਾਂਦੇ ਹਾਂ, ਠੀਕ ਹੈ ਨਾ, ਸਾਡਾ ਮੁਲਕ ਆ, ਅਸੀਂ ਇੱਥੋਂ ਦੀ ਖਾ ਰਹੇ ਹਾਂ, ਇੱਥੇ ਹੀ ਕਮਾ ਰਹੇ ਹਾਂ ਤੇ ਇੱਥੇ ਹੀ ਖਾ ਰਹੇ ਹਾਂ, ਅਸੀਂ ਆਪਣੇ ਦੇਸ਼ ਲਈ ਕਿਤਾਬ ਤੱਕ ਜਾ ਸਕਦੇ ਹਾਂ। ਐ ਬਾਈ ਜੀ, ਪੰਜਾਬ ਚੋਂ ਕਮਾਉਣਾ, ਹਿੰਦੁਸਤਾਨ ਦੇ ਵਿੱਚ ਅਸੀਂ ਰਹਿੰਦੇ ਹਾਂ, ਹੈ ਨਾ, ਭਾਰਤ ਦੇ ਵਿੱਚ ਅਸੀਂ ਰਹਿੰਦੇ ਹਾਂ, ਅਸੀਂ ਇਹਨਾਂ ਦਾ ਕਾਮਨਾ ਹੀ ਮੰਗਾਂਗੇ, ਅਸੀਂ ਇਹਨਾਂ ਦੀ ਚੜ੍ਹਦੀ ਕਲਾ ਹੀ ਮੰਗਾਂਗੇ, ਅਸੀਂ ਓਨੇ ਸਟਰੋਂਗ ਹੋਵਾਂਗੇ ਜਿੰਨਾ ਸਾਡਾ ਦੇਸ਼ ਸਟਰੋਂਗ ਹੈ। ਹੁਣ ਆਪਣਾ ਚੋਂ ਤਾਂ ਹੈ ਨੀ ਹੈਗਾ ਵੀ ਹਨਾ ਵੀ ਆਪਾਂ ਪਾਸਪੋਰਟ ਤਾਂ ਲਵਾ ਕੇ ਇੱਥੋਂ ਜਾਣਾ ਤੇ ਕਹਿਣਾ ਇਹਨਾਂ ਨੂੰ ਮਾੜਾ, ਉਹ ਗੱਲਾਂ ਵਧੀਆ ਨੀ ਹੈਗੀ। ਜਿਹੜਾ ਪੜ੍ਹਿਆ ਲਿਖਿਆ ਇਨਸਾਨ ਆ ਉਹ ਕਿਉਂ ਬਾਹਰ ਜਾ ਰਿਹਾ, ਜਦ ਮਾਂ ਬਾਪ ਆਪਣੇ ਬੱਚਿਆਂ ਨੂੰ ਕਿਉਂ ਬਾਹਰ ਭੇਜ ਰਹੇ? ਇਸੀ ਚੱਕਰਾਂ ਦੇ ਵਿੱਚ ਕੁਛ ਲੋਕ ਜਿਹੜੇ ਆ ਨਾ ਆਪਸੀ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਨਾ, ਲੋਕਾਂ ਨੂੰ ਉਹਨਾਂ ਦੇ ਬੱਚਿਆਂ ਦਾ ਫਿਊਚਰ ਸਿਕਿਓਰ ਕਰਨ ਲਈ ਬਾਹਰ ਭੇਜਣਾ ਪੈ ਰਿਹਾ। ਬਾਈ ਜੀ, ਅੰਗਰੇਜ਼ਾਂ ਵਾਲੀ ਨੀਤੀ ਬੜੀ ਕਾਮਯਾਬ, ਹਰੇਕ ਵਾਰ ਹੋ ਜਾਂਦੀ ਆ, ਫੁੱਟ ਪਾਓ ਤੇ ਰਾਜ ਕਰੋ, ਹਨਾ, ਜਿਹੜੀ ਕਿ ਬਿਲਕੁਲ ਹਰੇਕ ਨੂੰ ਪਤਾ ਵੀ ਹੈ ਤੇ ਉਹ ਕਰ ਵੀ ਰਿਹਾ, ਹਨਾ। ਜੇ ਮੇਰੇ ਇੱਥੇ ਬੈਠ ਕੇ ਕੋਈ ਸਾਰੇ ਭਾਈਚਾਰੇ ਦੇ ਖਿਲਾਫ ਬਿਆਨ ਦੇ ਰਿਹਾ, ਮੈਨੂੰ ਹੀ ਚਾਹੀਦਾ ਵੀ ਇਹ ਚੀਜ਼ ਨੂੰ ਪਹਿਲਾਂ ਮੈਂ ਰੋਕਾਂ, ਹਨਾ। ਵੀ ਮਾੜੀ ਗੱਲ ਇਹ ਵਾਸਤੇ ਸਾਰੇ ਭਰਾਵਾਂ ਨੂੰ ਵੀ ਰਿਕੁਐਸਟ ਆ, ਸਾਡੇ ਹਿੰਦੂ ਭਰਾ ਵੀ ਨੇ, ਸਾਡੇ ਮੁਸਲਮਾਨ ਭਰਾ, ਸਰਦਾਰ ਭਰਾ ਹੈਗੇ, ਕ੍ਰਿਸਚਨ ਭਰਾ ਨੇ, ਵੀ ਆਪਾਂ ਕੋਈ ਵੀ ਆਪਣੇ ਕਿਸੇ ਅਹੁਦੇਦਾਰ ਨੂੰ ਬੁਲਾਉਂਦੇ ਹਾਂ, ਆਪਣਾ ਜਸ਼ਨ ਮਨਾਓ, ਆਪਣੇ ਗੁਰੂ ਪੀਰਾਂ ਨੂੰ ਮਨਾਓ, ਚੰਗੀ ਤਰ੍ਹਾਂ ਚੜ੍ਹਦੀ ਕਲਾ ਕਰੋ, ਇਕੱਠੇ ਹੋ ਕੇ ਮਨਾਓ, ਪਰ ਇੱਕ ਦੂਜੇ ਦੇ ਜਗਰਾਤੇ ਤੇ ਜਾਂ ਆਪਣਾ ਮੰਨ ਲਓ ਵੀ ਨਗਰ ਕੀਰਤਨ ਤੇ ਜਾਂ ਮੰਨ ਲਓ ਚਰਚ ਚ ਇੱਕ ਦੂਜੇ ਦੇ ਧਰਮ ਪ੍ਰਤੀ, ਇੱਕ ਦੂਜੇ ਦੀ ਜਾਤ ਪ੍ਰਤੀ ਬੋਲਣਾ ਬੜੀ ਗਲਤ ਗੱਲ ਹੈ। ਤੇ ਜਿਹੜੇ ਮੌਤਬਰ ਬੰਦੇ ਇਹ ਚੀਜ਼ਾਂ ਕਰਵਾਉਂਦੇ ਨੇ, ਉਹਨਾਂ ਨੂੰ ਆਪ ਚਾਹੀਦਾ ਵੀ ਇਹ ਚੀਜ਼ ਨੂੰ ਰੋਕਣ, ਉੱਥੇ ਹੀ ਉਹ ਚੀਜ਼ ਨੂੰ ਟੋਕਣ, ਵੀ ਅਗਲੇ ਦੀ ਦੂਜੀ ਵਾਰ ਹਿੰਮਤ ਨਾ ਪੈਣ। ਦੇਖੋ ਫੀਲਿੰਗਸ ਤਾਂ ਸਾਰਿਆਂ ਚ ਨੇ, ਫੀਲਿੰਗਸ ਤਾਂ ਬਾਈ ਜੀ ਜਾਨਵਰਾਂ ਚ ਵੀ ਨੇ, ਇਹ ਤਾਂ ਇਨਸਾਨਾਂ ਦੀ ਗੱਲ ਹੈ ਨਾ। ਦੇਖੋ ਕਿਸੇ ਦੀ ਭਾਵਨਾ ਕਿਸੇ ਨਾਲ ਜੁੜੀ ਹੋਣੀ ਹੈ, ਬਿਲਕੁਲ ਸਹੀ ਗੱਲ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਮੈਂ ਇੱਕ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਕਿ ਜਦੋਂ ਦੀ ਇਹ ਇੰਸੀਡੈਂਟ ਚੱਲ ਰਿਹਾ ਨਾ, ਜਦੋਂ ਦਾ ਅਸੀਂ ਲਾਈਵ ਪਾਇਆ ਜਾਂ ਮੀਡੀਆ ਦੇ ਵਿੱਚ ਪਾਇਆ, ਹਿੰਦੂ ਸਿੱਖ ਭਰਾਵਾਂ ਨੇ ਉਹਦੇ ਬੰਦੇ ਦੇ ਗੇਟ ਮੋਰਚਾ ਖੋਲਿਆ, ਜਿਹੜੇ ਸਾਰੇ ਭਰਾ ਵਧੀਆ ਤਰੀਕੇ ਨਾਲ ਆਪਣੀ ਸਪੋਰਟ ਕਰ ਰਹੇ ਨੇ ਵੀ ਹਾਂ ਯਾਰ ਜਿਹੜੀ ਗੱਲ ਗਲਤ ਹੈ ਤਾਂ ਗਲਤ ਹੈ, ਹਨਾ। ਜਦੋਂ ਜਦੋਂ ਬਾਈ ਜੀ ਅਸੀਂ ਜਗਰਾਤੇ ਤੇ ਜਾਂਦੇ ਹਾਂ, ਕੁਛ ਕੁ ਦੋ ਚਾਰ ਸਰਦਾਰ ਜਿਹੜੇ ਦਿਲੋਂ ਨੀ ਹੁੰਦੇ, ਉਹੀ ਬਸ ਆ ਦੂਜੇ ਨੂੰ ਮਤਲਬ ਦੇਣ ਨੂੰ, ਤੂੰ ਜਗਰਾਤੇ ਤੂੰ ਲਾ ਲਿਆ ਥੱਲੇ ਲੱਗ ਗਿਆ ਇੱਦਾਂ ਇੱਦਾਂ, ਮੈਨੂੰ ਉਹ ਚੀਜ਼ਾਂ ਨਾਲ ਮੈਂ ਕਹਿੰਦਾ ਦੁੱਖੀ ਦਾ ਫਰਕ ਨਹੀਂ ਪੈਂਦਾ, ਮੈਂ ਕਹਿੰਦਾ ਜੀ 100 ਤੋਂ ਵੱਧ ਹਿੰਦੂ ਭਰਾ ਕ੍ਰਿਸਚਨ ਭਰਾ ਉੱਥੇ ਮੱਥਾ ਟੇਕਣ ਆਣਗੇ, ਜਦੋਂ ਅਗਲੇ ਨੀ ਸੋਚ ਲਏ ਤਾਂ ਤੁਹਾਨੂੰ ਕਿਸਨੇ ਉਹਦਾ ਦਿੱਤਾ ਸੋਚਣ ਬਾਰੇ? ਬਿਲਕੁਲ। ਹੁਣ ਭਾਜੀ ਇੱਕ ਗੱਲ ਤੁਸੀਂ ਦੇਖੋ, ਹੁਣ ਸਾਰੀ ਆਲਮੋਸਟ ਵਰਲਡ ਦੇ ਵਿੱਚ ਕ੍ਰਿਸਚਨ ਕ੍ਰਿਸਚਨ ਕੰਟਰੀਜ਼ ਜ਼ਿਆਦਾ ਨੇ, ਤੁਸੀਂ ਜੇ ਮਰਜ਼ੀ ਕ੍ਰਿਸਚਨ ਕੰਟਰੀ ਦੇਖ ਲਓ, ਕੀ ਉੱਥੇ ਮੰਦਿਰ ਨਹੀਂ ਹੈਗਾ? ਕੀ ਉੱਥੇ ਗੁਰੂ ਘਰ ਨਹੀਂ ਹੈਗਾ? ਸਾਰਾ ਕੁਛ ਹੈਗਾ। ਉਹਨਾਂ ਨੇ ਕਦੇ ਤੁਹਾਨੂੰ ਦੇਖੋ ਮੇਰੇ
ਆਪਣਾ ਹੈਨਰੀ ਸਾਹਿਬ ਜੇ ਏਦਾਂ ਦੀ ਗੱਲਾਂ ਚੱਲਣ ਲੱਗ ਗਈਆਂ ਤੇ ਫਿਰ ਉਧਰੋਂ ਕਹਿ ਦੇਣਗੇ ਵੀ ਐਂ ਕਰ ਦੋ ਉਦਾਂ ਕਰ ਦੋ, ਫਿਰ ਕੀ ਕਰੋਗੇ? ਮੈਂ ਭਾਜੀ ਉਹੀ ਤਾਂ ਗੱਲ ਕਹਿ ਰਿਹਾ ਨਾ ਕਿ ਮਸਲਾ ਹੀ ਇਸ ਚੀਜ਼ ਦਾ, ਲੋਕਾਂ ਨੂੰ ਸਮਝ ਹੀ ਨਹੀਂ ਹੈਗੀ ਕਿ ਜਦ ਉਹ ਯਾਰ ਤੁਹਾਨੂੰ ਕੁਛ ਨੀ ਕਹਿੰਦੇ, ਉਹ ਸਿਰਫ ਇਨਸਾਨੀਅਤ ਨੂੰ ਪਿਆਰ ਕਰਦੇ ਭਾਜੀ। ਜਿਹੜੇ ਵੀ ਸਾਡੇ ਹਿੰਦੂ ਭਰਾ ਨੇ, ਕ੍ਰਿਸਚਨ ਭਰਾ ਨੇ, ਸਿੱਖ ਭਰਾ ਨੇ, ਇਹ ਸਾਰੇ ਇਕੱਠੇ ਰਹੋ, ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ। ਜਿਹੜਾ ਬੰਦਾ ਵੀ ਗਲਤ ਗੱਲ ਕਰਦਾ ਉਹਨੂੰ ਉਸੇ ਟਾਈਮ ਉਸੇ ਹਿਸਾਬ ਨਾਲ ਜਵਾਬ ਦਿਓ। ਆਪਾਂ ਰਲ ਕੇ ਜਵਾਬ ਦਈਏ ਸਾਰੇ ਭਰਾ, ਪਖੰਡਵਾਦ ਨੂੰ ਰੋਕੀਏ। ਸੋ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ, ਤੇ ਕਨਈਆ ਸਾਹਿਬ ਨੂੰ ਚਾਹੀਦਾ ਵੀ ਇਹ ਚੀਜ਼ ਦਾ ਸਪਸ਼ਟੀਕਰਨ ਕਰਨ। ਬਿਲਕੁਲ ਸਹੀ ਗੱਲ, ਠੀਕ ਹੈ ਐਨਰੀ ਸਾਹਿਬ, ਤੁਹਾਡੀ ਸਪੋਰਟ ਲਈ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਆਪਾਂ ਏਦਾਂ ਹੀ ਸਾਰੇ ਭਰਾ ਚੜ੍ਹਦੀ ਕਲਾ ਚ ਰਹੀਏ, ਤੇ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਇਹੋ ਜਿਹੇ ਲੋਕਾਂ ਨੂੰ ਵੀ ਸਤ ਬੁੱਧੀ ਦੇਣ ਕਿ ਜਿਹੜੇ ਪਾੜ ਪਾਉਂਦੇ ਆ। ਬਿਲਕੁਲ ਬਿਲਕੁਲ ਬਾਈ ਜੀ, ਠੀਕ ਆ ਜੀ, ਠੀਕ ਆ ਜੀ, ਓਕੇ ਜੀ ਸਰ। ਬਹੁਤ ਹੀ ਜ਼ਿਆਦਾ ਜੋ ਵੀਡੀਓ ਵਾਇਰਲ ਹੋ ਰਹੀ ਆ, ਔਰ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ, ਔਰ ਇਸ ਨੂੰ ਲੈ ਕੇ ਜੋ ਕਿ ਸਾਡੇ ਬ੍ਰਦਰ ਜੋ ਕਿ ਸਾਡਾ ਭਰਾ ਜੋ ਕਿ ਹੈ ਹਨੀ ਸੇਠੀ ਵੀ ਲਾਈਵ ਹੋਇਆ, ਔਰ ਉਸਨੇ ਵੀ ਪੂਰੀ ਸੱਚਾਈ ਦੱਸੀ, ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਔਰ ਜੇਕਰ ਤੁਸੀਂ ਵਿਸ਼ਾ ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਵਿਸ਼ਾ ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਜੋ ਵੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚਾਇਆ ਜਾਏ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ।